Ariane, porque tú tienes tirar de que. ਜਾਣਾ ਨੀ ਕਿਸੇ ਨੇ ਠੀਕ ਹੈ ਅੱਜ ਡਮਰੂ ਵਜਾ ਦੇ ਭੋਲਿਆ ਅੱਜ ਸਭ ਨੂੰ ਨਚਾ ਦੇ ਭੋਲਿਆ ਭੋਲੇ ਸ਼ੰਕਰ ਜੀ ਦੇ ਦਰਬਾਰ 'ਚ ਜਾਣਾ ਸਭ ਨੇ ਕੀ ਕਹਿਣਾ ਉਹ ਅੱਜ ਡਮਰੂ ਵਜਾ ਦੇ ਭੋਲਿਆ ਉਹ ਅੱਜ ਸਭ ਨੂੰ ਨਚਾ ਦੇ ਭੋਲਿਆ ਹਾਂ ਆ ਗਿਆ ਭਾਈ ਪਿੱਛੇ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਆ ਜਾਓ ਭੈਣਾਂ ਅੱਗੇ ਆ ਜਾਓ ਭੈਣ ਜੀ ਆ ਜਾਓ ਮੇਰੀਆਂ ਭੈਣਾਂ ਜੈ ਹੋ ਆ ਜਾਓ ਦੇਖੋ ਹਾਜ਼ਰ ਮਾਤਾ ਜੀ ਤੁਸੀਂ ਵੀ ਆ ਜਾਓ ਅੱਜ ਉਹ ਆ ਜਾਓ ਆਪਣੇ ਪੁੱਤ ਮੇਰੀ ਗੱਲ ਸੁਣੋ ਇੱਕ ਪੁੱਤ ਨਾ ਹਾਜ਼ਰੀ ਦੇ ਦਿਓ ਛੋਟੀ ਜੀ ਛੋਟਾ ਜਿਹਾ ਆਸ਼ੀਰਵਾਦ ਦੇ ਦਿਓ ਇੱਕ ਆ ਜਾਓ ਮੇਰੀ ਮਾਤਾ ਆ ਜਾਓ ਭੈਣਾਂ ਆ ਜਾਓ ਫਿਰ ਆ ਜਾਓ ਕਿਉਂਕਿ ਬਜ਼ੁਰਗਾਂ ਦਾ ਆਸ਼ੀਰਵਾਦ ਬੜੇ ਪਾਕਾਂ ਨਾਲ ਮਿਲ ਗਿਆ ਉਹ ਅੱਜ ਡਮਰੂ ਵਜਾ ਦੇ ਭੋਲਿਆ ਅੱਜ ਸਭ ਨੂੰ ਨਚਾ ਦੇ ਭੋਲਿਆ ਡਮਰੂ ਵਜਾ ਦੇ ਭੋਲਿਆ
ਸ਼ਾਮ ਨੂੰ
ਸਬਕਾ ਨਾਮ ਲੋ ਸੁਬਹ ਹੋ ਸ਼ਾਮ ਲੋ ਸ਼ਿਵ ਕਾ ਨਾਮ ਲੋ ਸੁਬਹ ਸ਼ਾਮ ਲੋ ਤੇ ਜਪ ਜੀ ਸਾਰੇ ਪਿੰਡ ਪਿੰਡ Thank you.
ਤਾੜੀ ਲਗਾ ਦਿਓ ਜਿਹਨੂੰ ਜਿਹਨੂੰ ਵਧੀਆ ਲੱਗਿਆ ਹੋਵੇ। ਗਾ ਕੇ ਕਰਦਾ ਇੱਕ ਹਾਜ਼ਰੀ ਸ਼ੋਭਾ ਆ ਜਾਓ ਵਧੀਆ ਆ ਜਾਓ। ਔਰ ਇੱਕ ਹਾਜ਼ਰੀ ਮਾਂ ਦੇ ਦਰਬਾਰ ਦੇ ਵਿੱਚ ਮਾਂ ਦੀ ਲਾਡਲੀ ਸ਼ੋਭਾ ਇੱਕ ਹਾਜ਼ਰੀ ਦੇ ਨਾਲ, ਉਸ ਤੋਂ ਬਾਅਦ ਫਿਰ ਸਿੱਧ ਜੋਗੀ ਬਾਬਾ ਪੌਣਾ ਹਰੀ ਜੀ ਦਰਬਾਰ ਵਿੱਚ ਆਉਣਗੇ। ਬਾਬਾ ਜੀ ਆ ਭਗਤਾਂ ਨੂੰ ਦਰਸ਼ਨ ਦੇਣ ਵਾਸਤੇ ਆਉਣਗੇ। ਚਿੱਟੀਆਂ ਪੂਣੀਆਂ ਦੰਦ ਲੈਣ ਹੁਲਾਰੇ ਪੌਣਾ ਹਾਰੀ ਨੇ ਲੱਖ ਪਾਪੀ ਤਾਰੇ। ਚਿੱਟੀਆਂ ਪੂਣੀਆਂ ਦੰਦ ਲੈਣ ਹੁਲਾਰੇ ਪੌਣਾ ਹਾਰੀ ਨੇ ਲੱਖ ਪਾਪੀ ਤਾਰੇ।
ਕੌਲ ਤਾਂ ਬੜਨਾ ਹੁੰਦੀ ਕਿਸੇ ਨੂੰ ਵੀ, ਬੋਲੀਏ ਸਾਚੇ ਦਰਬਾਰ ਕੀ, ਦਰਬਾਰ ਕੀ। ਆਓ ਜੀ ਬਾਬਾ ਜੀ ਦਾ ਬਹੁਤ ਸੋਹਣਾ ਸੁਗਰੂਪ। ਔਰ ਬਾਬਾ ਜੀ ਦੇ ਕਿਹੜੇ ਕਿਹੜੇ ਭਗਤਾਂ ਨੂੰ ਦਰਸ਼ਨ ਕਰਨੇ ਨੇ, ਇੱਕ ਵਾਰ ਤਾੜੀ ਲਗਾ ਦਿਓ ਜੀ ਬੱਚੀ ਦੇ ਲਈ ਜਿਹਨੇ ਹਾਜ਼ਰ ਕਰੀ, ਬਹੁਤ ਅੱਛੀ ਹਾਜ਼ਰੀ। ਬਾਬਾ ਜੀ ਕੱਢੀ ਕਰਾ ਰੱਖਣਾ ਮਿਹਨਤ ਦੇ ਛਿੱਟੇ ਮਾਰਨ। ਔਰ ਕਿਸਦਾ ਕੀ ਕਹਿਣਾ ਹੈ, ਅਨਿਥਲੀ ਆ ਜਾ ਪਾਉਣਾ ਹਾਰੀ ਆ ਕਰਨੇ ਦਰਸ਼ਨ ਤੇਰੇ। ਬਾਬਾ ਜੀ ਦੇ ਦੀਦਾਰ ਇੱਕ ਬੇਨਤੀ ਹੈ ਭੈਣਾਂ ਦੀ, ਜਿਹੜੀ ਸ਼ਾਹ ਚਲਾਈਆਂ ਗਈਆਂ ਇੱਕ ਵਾਰ ਹਾਸੇ ਤੱਕ ਦਿਖਾਓ। ਪਤਾ ਕਿ ਉੱਥੇ ਬਾਬਾ ਜੀ ਦੇ ਦਰਬਾਰ ਦੇ ਅੰਦਰ ਭੈਣਾਂ ਨੂੰ ਜਾਣਾ ਮਨਾ ਹੈ, ਜਿਹਨੇ ਵੀ ਚਰਨ ਮਸਤਕ ਕਰਨਾ ਹੈ ਬਾਬਾ ਜੀ ਨੂੰ ਮੱਥਾ ਟੇਕਣਾ, ਦੂਰੋਂ ਟੇਕਣਾ। ਔਰ ਕਿੱਸਾ ਕੀ ਕਹਿਣਾ, ਹਾਂ ਮੇਰੇ ਜੋਗੀ ਦੀ ਸਿਫਤ ਨਾ ਲਿਖੀ ਜਾਵੇ,